ਟਾਈਮ ਤਾਂ ਪਿਆ ਹੁਣ ਬੀਬੀ ਨਾਲ ਬਿਸਤਰੇ ਸੰਭਾਲ ਗਏ ਹਨਾ ਫਿਰ ਬੀਬੀ ਨੂੰ ਵਿਚਾਰੀ ਨੂੰ ਇਕੱਲੀ ਨੂੰ ਔਖਾ ਹੋ ਜੂ ਪੇਟੀ 'ਚ ਰੱਖਣੇ ਅਤੇ ਹੁਣ ਟਾਈਮ ਹੈ ਜਿਹੜਾ ਜੀ 12 ਵੱਜ ਗਏ ਸਾਡੀ ਬੱਸ ਆ ਜਿਹੜੀ ਬਾਹਰ ਕਿੱਲੇ ਪਿਆ ਕਿਉਂਕਿ ਅਸੀਂ 2 ਮਿੰਟ ਗੱਲਾਂ ਬਾਤਾਂ ਕਰਨ ਲੱਗੇ ਸੀਗੇ ਫਿਰ ਬੱਸ ਜਾ ਆ ਜੂਗੀ ਅਤੇ 12 ਵੱਜ ਗਏ ਅਤੇ 3:15 ਬੱਸ ਆਊਗੀ ਹੁਣ ਅਸੀਂ ਬਸ ਤਿਆਰ ਵਿਆਰ ਹੁੰਦੇ ਹਾਂ ਨਹਾਉਣੇ ਹੈਗੇ ਹਰਪ ਨੂੰ ਨਹਾਉਣੀ ਹੈ ਮੈਂ ਬੀਬੀ ਕਹਿੰਦੀ ਬਿਸਤਰੇ ਜਿਹੜੇ ਉਹ ਪੇਟੀ 'ਚ ਰਖਵਾ ਦੇ ਜਿਹੜੇ ਰਾਤ ਰਾਤ ਨਹੀਂ ਜਿੱਦੇ ਅਸੀਂ ਆਏ ਪਰਸੋਂ ਚੌਥੇ ਪਰਸੋਂ ਚੌਥੇ ਹਾਂ ਵੀ ਬਿਸਤਰੇ ਕੱਢੇ ਸੀਗੇ ਅੱਜ ਤੋਂ 3 ਦਿਨ ਪਹਿਲਾਂ ਅਤੇ ਮੱਛਰਦਾਨੀ 2 ਮੰਜੇ ਵਾਲੀ ਬਣਾਈ ਸੀ ਬੀਬੀ ਨੇ ਪਤਾ ਨਹੀਂ ਬੀਬੀ ਬਾਅਦ 'ਚ 2 ਮੰਜੇ ਵਾਲੀ ਲਾਊਗੀ ਕਿ 1 ਵਾਲੀ ਲਾਊਗੀ ਮੈਨੂੰ ਲੱਗਦਾ 2 ਵਾਲੀ ਵੀ ਪਈ 1 ਵਾਲੀ ਅਸੀਂ 2 ਮੰਜੇ ਵਾਲੀ ਲਾਈ ਸੀ ਚਲੋ ਉਧਰ ਬੀਬੀ ਖੜੀ ਹੈ ਬੀਬੀ ਨੇ ਬਿਸਤਰੇ ਜਿਹੜੇ ਉਹ ਪੇਟੀ 'ਚ ਰਖਵਾਉਣੀ ਹੈ ਪੇਟੀ ਖਲਵਾ ਕੇ ਚੱਲ ਬੀਬੀ ਰੱਖ ਗਏ ਆਪਣੇ ਤਾਂ ਹਿੰਮਤ ਹੀ ਨਹੀਂ ਕੀਤੀ ਗਈ ਆਪਣੇ ਜਿਹਾ ਖਾਣ ਦੀ ਹਿੰਮਤ ਹੈ ਨਹੀਂ ਲੈ 3 ਦਿਨਾਂ ਦੀਆਂ ਭੁੱਲ ਗਈਆਂ ਅੱਜ ਚੀਰਾਂਗੇ ਅੱਜ ਚੀਰਾਂਗੇ ਅੱਜ ਚੀਰਾਂਗੇ ਫੜ ਕੈਮਰਾ ਪੁੱਤ ਵੀਡੀਓ ਬੰਦ ਕਰ ਦਿਆ ਮੈਂ ਬਸ ਲੈ ਕੇ ਹਾਫ ਬੁੱਢਾ ਠੰਡਾ ਵੀ ਹਰ ਠੰਡਾ ਪੀਂਦਾ ਬਸ ਹਰ ਠੰਡੇ ਦੀ ਬੋਤਲ ਰੱਖਣ ਦਿੰਦਾ ਚਲ ਫੜਦੀ ਆ ਬੇਟੀ 1 ਮਿੰਟ ਲੈਣਾ ਨਹੀਂ ਉਹ ਥਾਂ ਠੀਕ ਕਰਕੇ ਕਿਆਰੀ ਬਣਾ ਕੇ ਉੱਥੇ ਤਾਂ ਪਪੀਤੇ ਦੇ ਬੂਟੇ ਆ ਗਏ ਉਹਦੇ 'ਚ ਤਾਂ ਕੀ ਬੀਜਣਾ ਉੱਥੇ ਹੁਣ ਬਲ ਤੇ ਲੱਗਦੇ ਹੁੰਦੇ ਕਰੇਲੇ ਕਿੰਨੇ ਸਾਲਾਂ ਚ ਨਹੀਂ ਇਹਨਾਂ ਨੂੰ ਕਿੰਨੇ ਸਾਲ ਹੋ ਗਏ ਲਾਈਆਂ ਨੂੰ ਬੀਬੀ ਆਹ ਡੇਕਾਂ ਜਿਹੜੀਆਂ ਇੱਧਰ ਲਾਈਆਂ ਦੋ ਭਰਾ ਰੁਗਰ ਗਏ ਭਰਾ 1 ਸਾਲ ਚ ਐਡੀਆਂ ਗੰਡੀਆਂ ਹੋ ਗਈਆਂ ਅੱਛਾ ਇਹਦੇ ਵਿੱਚ 2 ਸਾਲ ਤਾਂ ਹੋ ਗਏ 2.5 ਸਾਲਾਂ 'ਚ ਐਡੀਆਂ ਹੋਈਆਂ ਅਤੇ ਜਿਹੜੀਆਂ ਪਹਿਲਾਂ ਬਰਾਂਡੇ ਪਾਉਣ ਤੋਂ ਪਹਿਲਾਂ ਇੱਥੇ ਡੇਕਾਂ ਲੱਗੀਆਂ ਹੁੰਦੀਆਂ ਸੀ ਉਹ ਕਿੰਨੀਆਂ ਵੱਡੀਆਂ ਸੀ ਹੈ ਨਾ ਦੇਖ ਲੈ ਇੱਕ ਪਾਸੇ ਨੂੰ ਡੇਕ ਆਪੇ ਡਿੱਗ ਪਈ ਸੀ ਉਹ ਹੈ ਨਾ ਉੱਥੇ ਮੰਜੇ ਰਹਿੰਦੇ ਸੀ ਬੀਬੀ ਉਹਦੇ ਥੱਲੇ ਹੈ ਨਾ ਗਰਮੀ 'ਚ ਪਾਣੀ ਛਿੜਕਦੇ ਆਪਾਂ ਮੰਜਿਆਂ ਥੱਲੇ ਹੈ ਨਾ ਸਾਰਾ ਸਾਰਾ ਦਿਨ ਦੇਖ ਲਾ ਹਾਂ ਬੱਦਲਵਾਈ ਹੋ ਗਈ ਮੀਂਹ ਆਊਗਾ ਹੋ ਗਈ ਬੜਾ ਭੈੜਾ ਤੂਫਾਨ ਹਨੇਰੀ ਆ ਗਈ ਜੀ ਪਤਾ ਨਹੀਂ ਮੌਸਮ ਜਾਣ ਕੀ ਹੈ ਜਿਹੜਾ ਖਰਾਬ ਹੋ ਗਿਆ ਹੈ ਬਹੁਤ ਜ਼ਿਆਦਾ ਭੈੜੀ ਅਤੇ ਬਹੁਤ ਰੇਤਾ ਆਈ ਜਾਂਦਾ ਕੈਮਰੇ 'ਤੇ ਵੀ ਰੇਤਾ ਪਊਗਾ ਅਤੇ ਮੈਂ ਵੀ ਬੀਬੀ ਵਰਗਿਆਂ ਥੋੜ੍ਹੀ ਜਿਹੀ ਹੈਲਪ ਕਰਾ ਦਿਆਂ ਆਪਾਂ ਬਾਅਦ 'ਚ ਮਿਲਦੇ ਹਾਂ ਪਤਾ ਨਹੀਂ ਕੀ ਕਰਦੇ ਬੀਬੀ ਵਰਗੇ ਢੱਕਣ ਢੁੱਕਣ ਸੈੱਟ ਕਰਦੇ ਆ ਕੋਈ ਚਲੋ ਮੈਂ ਵੀ ਜਾਂਦੀ ਹਾਂ ਜੀ ਹਨੇਰੀ 'ਚ ਬੀਬੀ ਨੂੰ ਔਖਾ ਅਤੇ ਬਾਅਦ 'ਚ ਮਿਲਦੇ ਹਾਂ ਆਪਾਂ ਹਨੇਰੀ ਆ ਹਟੀ ਜੀ ਬਹੁਤ ਰੇਤਾ ਉੱਡਿਆ ਬਹੁਤ ਕਲੈਰਾ ਕਿਲੇਰਾ ਅਤੇ ਨਿੱਕੇ ਨਿੱਕੇ ਕਣੀਆਂ ਪਈ ਜਾਂਦੀਆਂ ਕੈਮਰੇ 'ਤੇ ਨਾ ਪੈ ਜਾਣ ਇਸ ਕਰਕੇ ਮੈਂ ਅੰਦਰ ਜਾਂਦੀ ਹਾਂ ਬਸ ਥੋੜ੍ਹਾ ਜਿਹਾ ਤੁਹਾਨੂੰ ਮਾਹੌਲ ਦਿਖਾਉਣਾ ਸੀਗਾ ਵੀ ਹਨੇਰੀ ਕਿੰਨੀ ਵਗੀ ਜਾਂਦੀ ਆ ਇੱਧਰ ਹਰਪ ਵੀ ਫਿਰਦਾ ਅਤੇ ਮੌਸਮ ਤਾਂ ਬਹੁਤ ਸੋਹਣਾ ਬਣ ਗਿਆ ਇੱਧਰ ਕਣੀਆਂ ਡਿੱਗਣ ਲੱਗ ਗਈਆਂ ਆਪਾਂ ਅੰਦਰ ਚੱਲਦੇ ਬਸ ਇੰਨੀ ਕੁ ਬਣਾ ਦਈਏ ਆਪਾਂ ਕਲਿੱਪ ਤੁਹਾਨੂੰ ਦਿਖਾਤਾ ਦੇਖੋ ਕਿੰਨਾ ਰੇਤਾ ਖਲਿਆਰਾ ਸਾਰਾ ਰੇਤਾ ਬਰਾਂਡੇ 'ਚ ਤਾਂ ਕੱਢਤਾ ਹਰਪ ਨੂੰ ਹੁਣ ਮੌਸਮ ਆਇਆ ਹੋਇਆ ਪਿਆ ਹਰਪ ਨੂੰ ਆਇਆ ਬਸ ਹਵਾ 'ਚ ਹੁਣ ਐਨਕਾ ਲੈ ਕੇ ਦਿਖਾਵੇਗਾ ਅੱਛਾ ਅੱਖਾਂ 'ਚ ਪਾਣੀ ਨਾ ਪੈ ਜੇ ਰੇਤਾ ਨਾ ਪੈ ਜੇ ਠੀਕ ਹੈ ਨਬੋਲਗਾ ਖੇਡਣ ਨੂੰ ਕਿੱਥੇ ਗਈ ਕਿੱਥੇ ਤਾਂ ਚੜ ਗਈ ਪੱਲੀ ਹੈ ਨਾ ਉੱਡ ਕੇ ਕਿੱਥੇ ਗਈ ਉਹ ਗਈ ਇੰਨੀ ਉੱਚੀ ਲਾਵਾਂਗੇ ਕਿਵੇਂ ਹੁਣ ਕਿ ਆਪ ਹੀ ਡਿੱਗ ਪੂ ਹਵਾ ਨਾ ਪੌਣੇ 3 ਲੱਗੂਗੀ ਫਿਰ 3:15 ਮੁੜੂਗੀ ਉੱਧਰ 10 ਮਿੰਟ ਤਾਂ ਲੱਗ ਹੀ ਜਾਂਦੇ ਹੋਣਗੇ ਪਹੁੰਚਣ 'ਤੇ ਹੈਨਾ ਦੇਖੀ ਦੂਜਾ ਪੱਲੀ ਕੌਣ ਲਾਹੂਗਾ ਤਾਂ ਤਾਂ ਮੈਂ ਆਖਿਆ ਕਿਤੇ ਆਪਣੀ ਆ ਫਿਰ ਇਹਨਾਂ ਦੀ ਆ ਗਈ ਉੱਡ ਕੇ ਹੈਨਾ ਨਬੋਲੀਆਂ ਤਾਂ ਢੇਰ ਹੀ ਢੇਰ ਲੱਗ ਗਈ ਵਿਹੜੇ 'ਚ ਸਾਰੇ ਭਾਂਡੇ ਲੈ ਜਾ ਬੀਬੀ ਆਹ ਡੇਕ ਤਾਂ ਪੁਰਾਣੀ ਆ
चौंतरा हुंदा नहीं सी अपने कंधोड़ियां हुंदियां सी मूहरे नहीं कंधोड़ियां कित्थे हुंदियां सी आ तां कमरे तू पूरा घंट लगना ही है नीले पाले नवी घड़ी बन ली कल मेले से पैसे छेड़वाते नहीं मेरे नहीं याद आता एक तो उत्थे लगी हुंदी सी टेक बीबी बार बार दे गाने ओही अब्बा ओथे की ओहीया दूर नहीं रहेगी हां एक मिनट पुत्तर ममा ने बात करनी पुरानी गल्ला बीबी नाल पूछ लेंदे हां बीबी इत्थे ता कुछ नहीं हुंदा सी मेनू लगदा चौंतरा जेड़ा हुंदा सी ओ केड़ी जगह ते हुंदा सी यार रसोई भी हुंदी सी पहले उत्थे ते कट्टी पजन कीता छोटे जे बराबर होने उत्थे कंडोली जाना हाँ ब्रांड वाली थान तो इतने कंधोड़ियां होंदियां सी इन्नी इन्नी जगह से नेवा सी कंधोड़ियां नहीं जिते नेवा ब्रांड वाली इतने कंधोड़ियां होंदियां सी है ना तो उत्थे चौंतरा हर रसोई भी बाद उच्ची की है ना रसोई तो फिर एक ही हो गया पहला ब्रांड नहीं थे वो लैंटर्न लैंटर्न भी होंदा है कि और होंदा लैंटर्न फिर थले तो चक्या जाऊ पहला बस हूं आंदी है नंगू की पाने तेन सारा ब्रांडा भर गया ते मौसम भी सोहना बन गया वधिया गर्मी कल उस मेले ते गए सीगे है नहीं सी इन्नी पर हुण घरे भी जाना है क्योंकि जो पहला कुतार लंघ गई बस ना पहला कुत्ता जी करता है भी जो पहला रेंदे होंगे सी विराह भगे हूँ इतने मतलब बड़े होए हैं पड़े हैं तो जी का लग जाता आके रहन भी जी करता है पर जिहड़ियां पिछे कबीलदार घर घर की टेंशन लगी रही है तो हूँ फिर जाना तो पेगा जी तो शायद ब्लॉग की एंडिंग इतनी कर देंगे आप जो अगे बढ़िया मौसम सही हो जाए बस जो उतरे तो ब्लॉग बना लाँगे तो नहीं फिर सत श्रीकाल जी सारे तू भी सारा सत श्रीकाल बुला दे फिर आप अगली बार मिला गए होना ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਨੈਕਸਟ ਵੀਡੀਓ ਨਾਲ ਮਿਲਾਂਗੇ ਤਦ ਤੱਕ ਤੁਹਾਨੂੰ ਸਾਰਿਆਂ ਸ਼ਰਤ ਜਰ ਸਤਿ ਸ਼੍ਰੀ ਅਕਾਲ ਬਾਏ ਤੇ ਤਦ ਤੱਕ ਤੁਹਾਨੂੰ ਸਾਰਿਆਂ ਨੂੰ ਬਾਏ ਬਾਏ ਹਰਪ ਬਾਏ ਕਰ ਬਾਏ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ